ਮੈਂ ਮੇਰਾ ਇਹ ਤਜਰਬਾ ਹੈ ਕਿ ਮਾਈਗ੍ਰੇਸ਼ਨ ਦਾ ਜਿਹੜਾ ਐਂਡ ਰਿਜ਼ਲਟ ਟ੍ਰੈਜੇਡੀ ਹੈ ਜਿੱਦਾਂ ਨਾਲ ਗ੍ਰੀਕ ਟ੍ਰੈਜੇਡੀ ਹੁੰਦੀ ਹੈ ਤੁਸੀਂ ਜਿਹੜੇ ਰੋਮਨ ਕੋਈ ਵੀ ਗ੍ਰੀਕ ਦੇ ਜਿਹੜੇ ਪੁਰਾਣੇ ਸਟੋਰੀਓ ਦਾ ਐਂਡ ਟ੍ਰੈਜਿਕ ਹੀ ਹੁੰਦਾ ਹੈ ਤਾਂ ਇਹ ਜਿਹੜੀ ਮਾਈਗ੍ਰੇਸ਼ਨ ਹੈ ਮੇਰਾ ਜਿਹੜਾ ਲੰਬੇ ਸਮੇਂ ਦਾ ਤਜਰਬਾ ਹੈ ਇਹਦਾ ਐਂਡ ਐਂਡ ਰਿਜ਼ਲਟ ਟ੍ਰੈਜੇਡੀ ਹੈ ਇਹ ਦੁਖਾਂਤ ਹੈ ਆਪ ਮਤਲਬ ਕਿ ਠੀਕ ਹੈ ਸਟੇजेस ਆਉਂਦੀਆਂ ਨੇ ਮੈਂ ਵੀ ਮੈਂ ਤੁਹਾਡੇ ਸਾਹਮਣੇ ਬੈਠਾ ਮੈਂ ਕਿਸੇ ਵੇਲੇ ਬਹੁਤ ਖੁਸ਼ ਸੀ ਜਦੋਂ ਮੈਂ ਨੌਜਵਾਨ ਜਦੋਂ ਪਹਿਲਾਂ ਗਿਆ ਕਿੰਨੇ ਸਾਲ ਮੈਂ ਬਹੁਤ ਜ਼ਿਆਦਾ ਸਮਝਿਆ ਵੀ ਮੈਂ ਤਾਂ ਬਹੁਤ ਵਧੀਆ ਬਹੁਤ ਵਧੀਆ ਕੰਮ ਕੀਤਾ ਮੈਂ ਇੰਨਾ ਖੁਸ਼ ਸੀਗਾ ਲੇਕਿਨ ਹੌਲੀ 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 ਖੁਸ਼ੀ ਘਟਦੇ ਗਈ ਨਿਰਾਸ਼ਾ ਵਧਦੇ ਗਈ ਔਰ ਇਹ ਮੇਰੇ ਇਕੱਲੇ ਦੀ ਕਹਾਣੀ ਨਹੀਂ ਬਹੁਤ ਲੋਕ ਜਿਹੜੇ ਆ ਜਿਨ੍ਹਾਂ ਨੂੰ ਮੈਂ ਨਿੱਜੀ ਤੌਰ ਤੇ ਜਾਣਦਾ ਔਰ ਮੈਂ ਇਹ ਨਹੀਂ ਹੈ ਕਿ ਮੇਰੀ ਇਹ ਭਾਵਨਾ ਹੈਗੀ ਇਹ ਮਤਲਬ ਮੈਂ ਮਤਲਬ ਇਹਦੀ ਪੁਸ਼ਟੀ ਕੀਤੀ ਹੈ ਕਿ ਜਿਹੜੇ ਸਾਈਕੀਆਟ੍ਰਿਸਟ ਨੇ ਜਿਹੜੇ ਮੇਰੇ ਬਹੁਤ ਦੋਸਤ ਸਗੇ ਹਾਲੇ ਕਿ ਮੈਂ ਤੇ ਹਾਰਟ ਸਰਜਨ ਸੀ ਲੇਕਿਨ ਮੇਰੇ ਫਰੈਂਡ ਸੀ ਜਿਹਨੇ ਮੇਰੇ ਕੁਲੀਡ ਜਿਹੜੇ ਸਾਈਕੀਆਟਰੀ ਦੀ ਪ੍ਰੈਕਟਿਸ ਕਰਦੇ ਆ ਉਹਨਾਂ ਨੇ ਮੈਨੂੰ ਦੱਸਿਆ ਕਿ ਜਿਹੜੇ 50 ਸਾਲ ਤੋਂ ਬਾਅਦ ਉਹ ਕਹਿੰਦੇ ਵੀ ਇੰਨੇ ਸਾਡੇ ਜਿਹੜੇ ਕਾਮਯਾਬ ਲੋਕ ਨੇ ਜਿਹੜੇ ਜਿਹੜੇ ਆ ਕੇ ਇੱਥੇ ਅਮਰੀਕਾ ਸੈਟਲ ਹੋਏ ਨੇ ਜਿਹੜੇ ਭਾਰਤੀ ਲੋਕ ਲੇਕਿਨ ਕਹਿੰਦੇ 50 ਸਾਲ ਦੀ ਜਦੋਂ ਉਮਰ ਹੁੰਦੀ ਹੈ ਉਹਦੇ ਬੱਚੇ ਜਦੋਂ ਟੀਨੇਜਰ ਬੰਦੇ ਆ ਤੂੰ ਬਹੁਤ ਜਿਹੜੇ ਲੋਕ ਨੇ ਉਹ ਡਿਪਰੈਸ਼ਨ ਜੰਦੇ ਨੇ ਔਰ ਸਾਈਕੀਆਟ੍ਰਿਸ ਨੂੰ ਕੰਸਲਟ ਕਰ ਇਹ ਇਹ ਮੈਨੂੰ ਉੱਥੋਂ ਦੇ ਟਾਪ ਜਿਹੜੇ ਲੀਡਿੰਗ ਸਾਈਕੀਆਟ੍ਰਿਸ ਨੇ ਦੱਸਿਆ ਵੀ ਸਾਡੇ ਕੋਲ ਤੁਹਾਡੇ ਜਿਹੜੇ ਨਾ ਸਭ ਤੋਂ ਜਿਹੜੇ ਕਾਮਯਾਬ ਬੰਦੇ ਜਿਹਨਾਂ ਨੂੰ ਤੁਸੀਂ ਸਮਝਦੇ ਹੋ ਉਹ ਸਾਡੇ ਕੋਲ ਆਂਦੇ ਨੇ ਤੇ ਉਹ ਉਹਨਾਂ ਨੂੰ ਫਿਰ ਆਪਣੀ ਲਾਈਫ ਜਿਹੜੀ ਹੈ ਨਾ ਉਹ ਲੱਗਦਾ ਸਾਡੇ ਤਾਂ ਕਿਉਂ ਉਹੀ ਗੱਲ ਉੱਥੇ ਆਪਾਂ ਆ ਗਏ ਨਾ ਕਿ ਐਕਸਪੈਕਟੇਸ਼ਨਸ ਉਮੀਦਾਂ ਜਿਹੜਾ ਚੀਜ਼ਾ ਉਹਨਾਂ ਨੂੰ ਕਹੇ ਸੀ ਜਿੱਦਾਂ ਉਹ ਬੱਚੇ ਸੀਗੇ ਜਨ ਉਹਨਾਂ ਨੇ ਮਾਪੇ ਲੈ ਕੀਤਾ ਜਦੋਂ ਉਹਨਾਂ ਨੂੰ ਸੀਗਾ ਕਿ ਸਾਡੇ ਬੱਚੇ ਵੀ ਇਦਾਂ ਦੇ ਹੋਣ ਦੇ ਜਿੱਦਾਂ ਉਹ ਉਹਨਾਂ ਨੂੰ ਉੱਥੋਂ ਨਿਰਾਸ਼ਾ ਹੁੰਦੀ ਹੈ ਜਦੋਂ ਉਹ ਫਿਰ ਕਹਿੰਦੇ ਅਸੀਂ ਹਾਰ ਗਏ ਦੇਖੋ ਆਪਾਂ ਜਿਹੜਾ ਦੇਖੋ ਆਪਾਂ ਕੀ ਕਰਦੇ ਆ ਆਪਣਾ ਜਿਹੜਾ ਜੀਵਨ ਹੈ ਜੇ ਬੁਨਿਆਦੀ ਤੌਰ ਤੇ ਉਹਨਾਂ ਦੇ ਜੀਵਨ ਨਾਲੋਂ ਕਿਦਾਂ ਵੱਖਰਾ ਹੈ ਕਿ ਉਹ ਨਿਜਵਾਦੀ ਨੇ ਗੋਰੇ ਬੰਦੇ ਲਈ ਉਹੀ ਲਾਈਫ ਉਹ ਸ਼ੁਰੂ ਵੀ ਜਦੋਂ ਤੋਂ ਹੁੰਦੀ ਹੈ ਉਹਦੀ ਲਾਈਫ ਖਤਮ ਵੀ ਹੋ ਜਾਂਦੀ ਹੈ